ਧੀਆਂ ਤੁਹਾਡੀ ਇੰਜ ਦੀ ਇੱਕ ਵੀ ਹੈ ਤਾਂ ਕੱਢੋ। ਅੱਲਾ ਸਾਨੂੰ ਨਾ ਹੀ ਦੇਵੇ ਪਾਪਾ। ਹਾਂ ਪਾਪਾ ਇਹ ਮੇਰਾ ਨਾ ਪੁੱਤਰ ਪੁਰਾਣਾ ਮਨਾਣਾ ਹੈ ਮੇਰਾ ਪੁੱਤਰ। ਨਾ ਪਾਪਾ ਇਹ ਪਿਓ ਪਿਓ ਧੀ ਨੇ ਮੈਨੂੰ ਨਹਾਉਂਦਿਆਂ ਵੇਖ ਲਿਆ ਨਾ। ਹੋਰ ਬੇਟਾ ਪਾਪਾ ਜੀ ਬੇਟਾ ਇਹ ਮੇਰਾ ਇਸ ਗੱਲ ਤੇ ਪੱਕੀ ਰਹੀ ਪੱਕੀਆਂ ਇਹਨੇ ਤੇ ਆਈਆਂ ਨੇ। ਖਾਣਾ ਖਾਧਾ ਨੀ ਵੇਖਿਆ ਤੇ ਮਜ਼ਾ ਆਇਆ ਮੈਂ ਕਹਿ ਰਹਿਣ ਦੇ।
ਅਗਰ ਮੈਨੂੰ ਮੇਰਾ ਪਿਓ ਫੋਨ ਨਾ ਬਹਾਉਂਦਾ ਤੇ ਮੈਂ ਤੁਹਾਨੂੰ ਪੂਰਾ ਖਾਣਾ ਕਮਾਉਣਾ ਸੀ। ਆਪ ਹੱਸੇ ਨਾ, ਮੇਰੀ ਧੁਨੀ ਕੇ ਵੱਟ ਖੁੱਲ ਰਹੀ ਹੈ। ਤੁਸੀਂ ਹੱਸਦੇ ਹੋ ਤੇ ਇੰਝ ਲੱਗਦਾ ਜਿਵੇਂ ਗੂੰਗੀ ਫੁੱਲ ਵੇਖ ਕੇ ਹੱਸ ਰਹੀ। ਇਹਦੀ ਭੈਣ ਇੱਕ ਗੂੰਗੀ ਹੈ, ਕੱਲ੍ਹ ਮੈਂ ਨਾਂ ਲਿਆ ਪੜਦਾ ਚੁੱਕ ਕਰਦੀ। ਆ ਭਾਈ ਨੇ ਉਹਨੇ ਫੜਿਆ। ਅੱਛਾ ਚੱਲੋ ਚੱਲੋ ਕੀ ਹਾਲ ਗੱਲ ਹੈਗੀ ਬੇਟਾ ਜੀ? ਜੀ ਮੈਨੂੰ ਇਹ ਮੁੰਡੇ ਪਸੰਦ ਨੇ, ਕਿਉਂਕਿ ਤੁਹਾਡੀ ਪਸੰਦ ਤੇ ਮੇਰੀ ਪਸੰਦ ਜ਼ਿੰਦਗੀ ਤੇ ਤੁਸੀਂ ਬਸਰ ਕਰਨੀ ਹੈ। ਜੀ ਬਾਬਾ ਹਾਂ ਤੇ ਠੀਕ ਹੈ। ਹੁਣ ਇਹ ਦੱਸੋਗੇ ਆਪਣਾ ਜੀ ਤੇ ਤਰੀਕ ਰੱਖ ਲਓ ਜਿਹੜੀ ਰੱਖਣੀ। ਅੰਮੀ ਅੱਬੂ ਨੂੰ ਬੁਲਾਵਾਂ? ਬੁਲਾਓ ਨਾ। ਆਹੋ ਸਭ ਬੁਲਾ ਲੈ ਅੰਮੀ, ਕਿਉਂਕਿ ਕੁੜੀਆਂ ਤੋਂ ਪੁੱਛ ਕੇ ਤਰੀਕ ਰੱਖਿਆ, ਮਤਲਬ ਤਰੀਕ ਤੇ ਤਰੀਕ ਚੜੀ ਹੋਵੇ। ਤੁਸੀਂ ਮੈਨੂੰ ਨਹੀਂ ਸਮਝਦੇ?
ਤੁਸੀਂ ਮੇਰੇ ਪੈਰਾਂ ਚ ਬਹਿ ਜਾਣਾ। ਕੁੱਤੇ ਆ ਤੁਹਾਡੇ? ਆ ਵੇਖਿਆ ਜੇ ਬਣਨਗੇ। ਕਿਉਂ ਬਣਨਗੇ? ਉਹ ਬੇਟਾ ਮੇਰੀ ਗੱਲ ਸੁਣੋ। ਕੌਣ ਹੈ ਤੂੰ? ਮਰੀ ਗਿਆ ਸੋ? ਹਾਂ ਹੁਣ ਭੈਣ ਨਿਕਲੀ ਜਾਣਾ। ਤੇਰੀ ਭੈਣ ਭਾਵੇਂ ਗੋਂਦਰ ਵਾਲੇ ਅੱਡੇ ਚੋ ਕੱਢ। ਨਹੀਂ ਇੱਥੋਂ ਸ਼ੇਰਾਂ ਦੇ ਬਾਗੋਂ ਸਹੀ। ਤੁਸੀਂ ਗਏ ਸੋ ਮਰੀ ਜੀ? ਉੱਥੇ ਟੀਨਾ ਤੇ ਮੀਨਾ ਦੋ ਕੁੜੀਆਂ ਤੁਹਾਡੇ ਨਾਲ ਹੋਰੇ ਕੀ ਕਰਦੀਆਂ ਰਹੀਆਂ? ਹੜ ਪੋਪੋ। ਨਹੀਂ ਨਹੀਂ ਸਿਮਤ ਲੋ ਲੋ, ਝੂਠ ਰੱਬਣਾ ਬੁਲਾਇਆ ਤੇਰਾ ਆਪਣਾ ਮੂੰਹ ਹਰਲ ਪੋਪੋ ਵਰਗਾ। ਤੇ ਚੁੱਪ ਲਵੋ। ਉੱਥੇ ਗਏ ਹੋ? ਉਹ ਕਿਹੜੀ ਤੇਰੀ ਭੈਣ ਨਾਲ ਜ਼ਿਆਦਤੀ ਹੋਈ ਹੈ? ਤੇਰੀ ਆਵਾਜ਼ ਹੀ ਨਾ ਨਿਕਲ ਆਉਂਦੀ। ਓਏ ਇੱਧਰ ਆ ਬੱਚਿਆ। ਤੁਸੀਂ ਮਰੀ ਗਏ ਸੋ? ਹਾਂਜੀ ਗਏ ਸਾਂ। ਮਰੀ ਤੈਨੂੰ ਇੱਕ ਬੰਦਾ ਛੱਤ ਤੇ ਲੈ ਕੇ ਖੁੱਡੇ ਚ ਵਾੜ ਕੇ ਉਹਨੇ ਤੈਨੂੰ ਕਬੂਤਰ ਫੜਾਇਆ ਸੀ? ਸੱਚਾਈ? ਨਹੀਂ, ਮੈਂ ਉਹਨਾਂ ਦਾ ਬਾਪ ਆ, ਸੇਠ ਬਾਲਟੀ ਵਾਲਾ। ਕਿੰਨਾ ਦਾ? ਕੁੜੀਆਂ ਦਾ। ਓਏ ਪਾਪਾ ਜੀ, ਸੁਣੋ ਜੀ ਪੈ ਜਿਹੜਾ ਹੁਣ ਭੈਣ ਨਿਕਲੀ ਨਾ। ਪਾਪਾ ਜੀ ਮੈਨੂੰ ਮਾਫ ਕਰ ਦਿਓ, ਪਹਿਚਾਨੇ ਨੇ ਮਾਫ ਕਰ ਦਿਓ ਪਾਪਾ ਜੀ। ਕਦੀ ਆਪਣੇ ਅੱਬੇ ਨੂੰ ਵੀ ਪਾਪਾ ਕਿਹਾ ਜੀ? ਉਦਾਂ ਉੱਠੋ, ਮਾਫ ਕਰ ਦਿਓ। ਉੱਠੋ ਉਦਾਂ, ਮਾਫ ਕਰ ਦਿਓ। ਜੋ ਮਾਫ ਕੀਤਾ। ਮੇਰੀ ਜੁੱਤੀ ਲਾ ਉੱਤੇ ਦੇ ਪੁੱਤਰੋ, ਉਦਾਂ ਉੱਠੋ। ਮੇਰਾ ਦਿਲ ਕਰਦਾ ਹੈ ਕਿ ਤੂੰ ਥੱਲੇ ਉਦਾਂ ਨੂੰ ਆਉਣਾ ਜਾਣਾ। ਉੱਠੋ ਉਦਾਂ। ਮਾਫੀ ਚਾਚੂ? ਨਹੀਂ ਨਹੀਂ ਬਸ ਚਾਚੂ, ਬੇਟਾ ਮੈਂ ਚਾਚੂ ਚਾਚੂ ਮਾਫੀ ਚਾਚੂ ਮਾਫੀ ਚਾਚੂ ਚਾਚਾ 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 ਚਾਚਾ